वकील उते तशद्दद करन दा मामला है, खाकी वर्दी उते फिर सवाल उठे ने। एसपी ते सीए इंचार्ज सने 6 खिलाफ एफआईआर दर्ज हुई है। पंजाब हरियाणा दे वकीलां दे वल्लों ठप अपना काम किया गया ते आज भी हड़ताल जारी रहेगी। दिखाने पूरा मामला रिपोर्ट राही। पंजाब पुलिस धक्का करती है, ये गल्लां आम जिहियां जापदियां ने। जलंधर दे ढिल्लोंपरावां दी खुदकुशी दे मामले दा सेक अजे ठंडा भी नहीं होया सी कि एक बार फिर खाकी ते तशद्दद दे इल्जाम लगे। खाकी ते कई बार इल्जाम लग चुके ने कि कानून दे राखे आम जनता ते अपनी वर्दी दा रुख पांदे ने। इस बारे धक्का किसी आम व्यक्ति दे नाल नहीं, सगो उस इंसान दे नाल होया जो खुद लोकां नूं इंसाफ दिवाउण दे लई उन्हां दे हक्कां दी लड़ाई लड़दे ने। पेशे तो मुकतसर दे वकील वरिंदर सिंह संधू जिहड़े अपने मौकल दे नाल जदों पुलिस थाने पहुंचे तां पुलिस दे सीनियर अधिकारियां ने पहलां तां उन्हां दे नाल बदजुबानी कीती, बाद विच थाने दे बाहर सरेआम उस नूं कुट्टिया गया। जिन्ने अक्यूज्ड हैगे आ उन्हां नूं अरेस्ट करो। दूसरा जिहड़ी एफआईआर एडवोकेट दे खिलाफ कीती गई आ उहनूं कैंसल कीता जावे फोर्थविथ, ते जिहड़ी आ इन्वेस्टिगेशन आ इस केस दी ਉਹ ਸਟੇਟ ਤੋਂ ਬਾਹਰ ਸ਼ਿਫਟ ਕੀਤੀ ਜਾਵੇ। ਇਹ ਬਾਰ ਕੌਂਸਲ ਦੀ ਕਾਲ ਹੈ ਜੀ, ਤੇ ਬਾਰ ਕੌਂਸਲ ਸਟੈਚੂਟਰੀ ਬੋਡੀ ਹੈ ਐਂਡ ਸਾਰੀਆਂ ਬਾਰਸ, ਇਹ ਕੱਲੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨਹੀਂ ਬਣਦੇਗੀ, ਬਾਰ ਐਸੋਸੀਏਸ਼ਨ ਸਾਰਾ ਪੰਜਾਬ ਹਰਿਆਣਾ ਐਂਡ ਯੂਟੀ ਆਲ ਥ੍ਰੀ ਆਰ ਕਲੋਜ਼ਡ। ਸੀਨੀਅਰ ਅਧਿਕਾਰੀਆਂ ਤੇ ਇਲਜ਼ਾਮ ਨੇ ਕਿ ਐਡਵੋਕੇਟ ਸੰਧੂ ਨੂੰ ਥਾਣੇ ਦੇ ਬਾਹਰ ਆਉਂਦੇ ਹੀ ਸੀਆਈ ਪੁਲਿਸ ਵਾਲਿਆਂ ਦੇ ਵੱਲੋਂ ਕੁੱਟਿਆ ਗਿਆ, ਫਿਰ ਉਹਨਾਂ ਨੂੰ ਜ਼ਬਰਦਸਤੀ ਦਫ਼ਤਰ ਲੈ ਕੇ ਗਏ ਤੇ ਉਹਨਾਂ ਦੇ ਨਾਲ ਅਣਮਨੁੱਖੀ ਤਸ਼ੱਦਦ ਕੀਤੀ। ਐਡਵੋਕੇਟ ਸੰਧੂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ। ਇਲਜ਼ਾਮ ਹਨ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਵਕੀਲ ਨੂੰ ਇਹ ਕਹਿ ਕੇ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਅਦਾਲਤ ਦੇ ਵਿੱਚ ਮੂੰਹ ਖੋਲਿਆ ਤਾਂ ਉਸ ਨਾਲ ਦੁਬਾਰਾ ਅਣਮਨੁੱਖੀ ਸਲੂਕ ਕੀਤਾ ਜਾਵੇਗਾ। ਕਾਬਿਲੇ ਗੌਰ ਹੈ ਕਿ ਮੁਕਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਵਕੀਲ ਦੇ ਨਾਲ ਕੀਤੀ ਗਈ ਕੁੱਟਮਾਰ ਤੇ ਅਣਮਨੁੱਖੀ ਵਿਵਹਾਰ ਤੋਂ ਬਾਅਦ ਅਦਾਲਤ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਸਨ। ਪਰ ਜਦੋਂ 2 ਦਿਨ ਬਾਅਦ ਵੀ ਕੇਸ ਦਰਜ ਨਾ ਹੋਇਆ ਤਾਂ ਮੁਕਤਸਰ ਬਾਰ ਐਸੋਸੀਏਸ਼ਨ ਨੇ ਅਦਾਲਤੀ ਕੰਮਕਾਜ ਠੱਪ ਕੀਤਾ ਤੇ ਹੁਣ ਵਿਰੋਧ ਦੇ ਵਿੱਚ ਪੰਜਾਬ ਹਰਿਆਣਾ ਬਾਰ ਕੌਂਸਲ ਨੇ ਅਣਮਿੱਥੇ ਸਮੇਂ ਦੇ ਲਈ ਕੰਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਤੇ ਕਿਹਾ ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਦੇ ਉੱਤੇ ਪੀੜਿਤ ਵਕੀਲ ਵਰਿੰਦਰ ਸਿੰਘ ਸੰਧੂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਸਾਥ ਦੇਣ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅਮਨ ਤੇ ਕਾਨੂੰਨ ਹੈ ਉਹਦੀ ਬਹਾਲੀ ਜ਼ਿੰਮੇਵਾਰੀ ਕਿਹਦੀ ਹੈ? ਉਹ ਬਹਾਲੀ ਦੀ ਜ਼ਿੰਮੇਵਾਰੀ ਹੈ ਪੰਜਾਬ ਦੀ ਪੁਲਿਸ ਦੀ। ਅਗਰ ਕਿਤੇ ਕੋਈ ਗਲਤ ਕੰਮ ਹੁੰਦਾ ਹੈ ਤਾਂ ਪੰਜਾਬ ਪੁਲਿਸ ਨੇ ਸੁਨਿਸ਼ਚਿਤ ਬਣਾਉਣਾ ਹੈ ਕਿ ਉੱਥੇ ਉਸ ਗਲਤ ਕੰਮ ਦੇ ਉੱਤੇ ਕਾਰਵਾਈ ਕੀਤੀ ਜਾਏ। ਤੇ ਜੇ ਪੰਜਾਬ ਪੁਲਿਸ ਦੇ ਆਪਣੇ ਥਾਣਿਆਂ ਦੇ ਵਿੱਚ ਹੀ ਗਲਤ ਕੰਮ ਹੋ ਰਹੇ ਨੇ, ਜੇ ਪੰਜਾਬ ਪੁਲਿਸ ਦੇ ਆਪਣੇ ਥਾਣਿਆਂ ਦੇ ਵਿੱਚ ਹੀ ਵਕੀਲ ਸਾਹਿਬਾਨ, ਕੌਣ ਹੈ ਵਕੀਲ? ਵਕੀਲ ਹੈ ਆਫੀਸਰ ਆਫ ਦਾ ਕੋਰਟ। ਅਗਰ ਇੱਕ ਕੋਰਟ ਦਾ ਅਫਸਰ ਆਪਣੇ ਕਲਾਇੰਟ ਦੇ ਲਈ ਕਿਸੇ ਥਾਣੇ ਦੇ ਵਿੱਚ ਗਿਆ ਤੇ ਉਹਦੇ ਤੇ ਹੀ ਅਣਮਨੁੱਖੀ ਤਸ਼ੱਦਦ ਉਸ ਥਾਣੇ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਸਿੱਧੀ ਸਿੱਧੀ ਜ਼ਿੰਮੇਵਾਰੀ ਪੰਜਾਬ ਦੇ ਗ੍ਰਹਿ ਮੰਤਰੀ ਤੇ ਜਿਹੜੇ ਮੁੱਖ ਮੰਤਰੀ ਵੀ ਨਾਲ ਨੇ ਇਹ ਉਹਨਾਂ ਦੀ ਬਣ ਜਾਂਦੀ ਹੈ ਕਿ ਅੱਜ ਉਹਨਾਂ ਦੀ ਕੀ ਜਵਾਬਦੇਹੀ। ਜੇਕਰ ਗੱਲ ਕਰੀਏ ਪੁਲਿਸ ਦੇ ਵਤੀਰੇ ਦੀ ਤਾਂ ਸਮਾਰਟ ਪੁਲਿਸਿੰਗ ਇੰਡੈਕਸ 2021 ਦੀ ਰਿਪੋਰਟ ਕੀ ਕਹਿੰਦੀ ਹੈ? ਆਂਧਰਾ ਪ੍ਰਦੇਸ਼ ਸਮਾਰਟ ਪੁਲਿਸਿੰਗ ਦੇ ਮਾਮਲੇ ਚ ਸਭ ਤੋਂ ਉੱਤੇ ਹੈ ਤੇ ਪੰਜਾਬ ਦਾ ਨੰਬਰ 25ਵੇਂ ਨੰਬਰ ਤੇ ਆਉਂਦਾ ਹੈ। ਇਸੇ ਤਰ੍ਹਾਂ ਪੁਲਿਸ ਦੀ ਸੰਵੇਦਨਸ਼ੀਲਤਾ ਦੇ ਬਾਰੇ ਪੰਜਾਬ ਦਾ ਨੰਬਰ ਇੱਕ ਵਾਰ ਫਿਰ ਤੋਂ 25ਵੇਂ ਸਥਾਨ ਤੇ। ਲੋਕਾਂ ਦੇ ਨਾਲ ਪੁਲਿਸ ਦਾ ਕਿਸ ਤਰੀਕੇ ਦਾ ਵਤੀਰਾ ਹੈ ਇਸ ਉੱਤੇ ਤੇਲੰਗਾਨਾ ਸਭ ਤੋਂ ਟੌਪ ਤੇ ਹੈ ਤੇ ਪੰਜਾਬ ਦਾ ਨੰਬਰ 27ਵਾਂ, ਯਾਨੀ ਕਿ ਇੱਥੇ ਵੀ ਪੰਜਾਬ ਪੁਲਿਸ ਦੇ ਅੰਕ ਕਾਫੀ ਥੱਲੇ ਨੇ। ਉਪਲਬਧਤਾ ਦੀ ਗੱਲ ਕਰੀਏ ਕਿ ਜਦੋਂ ਪੰਜਾਬ ਪੁਲਿਸ ਦੀ ਜ਼ਰੂਰਤ ਹੁੰਦੀ ਹੈ ਤਾਂ ਕਿੰਨੀ ਛੇਤੀ ਇਹ ਪੰਜਾਬ ਪੁਲਿਸ ਅਪਰੋਚ ਕਰਦੀ ਹੈ, ਕਿੰਨੀ ਛੇਤੀ ਇਸ ਦੇ ਵੱਲੋਂ ਰਿਐਕਟ ਕੀਤਾ ਜਾਂਦਾ ਹੈ, ਤਾਂ ਇਸ ਵਿੱਚ ਵੀ ਪੰਜਾਬ ਪੁਲਿਸ 26ਵੇਂ ਨੰਬਰ ਤੇ ਹੈ। ਤੇਜ਼ ਕਾਰਵਾਈ ਕਰਨ ਦੇ ਵਿੱਚ ਵੀ ਪੰਜਾਬ ਪੁਲਿਸ ਦਾ 25 ਨੰਬਰ ਹੈ। ਦੋਸਤਾਨਾ ਸੁਭਾਅ, ਯਾਨੀ ਕਿ ਲੋਕਾਂ ਦੇ ਨਾਲ ਵਤੀਰਾ ਕਿਸ ਤਰੀਕੇ ਦਾ, ਤਾਂ ਇਸ ਨੰਬਰ ਦੇ ਉੱਤੇ ਟੌਪ ਤੇ ਆਂਧਰਾ ਪ੍ਰਦੇਸ਼ ਹੈ ਤੇ ਪੰਜਾਬ ਪੁਲਿਸ ਦਾ ਰੈਂਕ 28 ਨੰਬਰ ਤੇ ਹੈ। ਕਾਨੂੰਨ ਦੀ ਪਾਲਣਾ, ਇਸ ਸਥਾਨ ਤੇ ਵੀ ਪੰਜਾਬ ਪੁਲਿਸ ਦੀ ਰੈਂਕਿੰਗ 22ਵੇਂ ਨੰਬਰ ਤੇ ਹੈ ਤੇ ਭ੍ਰਿਸ਼ਟਾਚਾਰ ਮੁਕਤ ਸੇਵਾ ਦੇਣ ਦੇ ਵਿੱਚ ਪੰਜਾਬ ਪੁਲਿਸ ਦਾ ਨੰਬਰ 22ਵੇਂ ਸਥਾਨ ਤੇ ਹੈ। ਇਸ ਰੈਂਕਿੰਗ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਦਾ ਵਤੀਰਾ ਆਮ ਲੋਕਾਂ ਦੇ ਨਾਲ ਆਖਿਰਕਾਰ ਕਿੰਨਾ ਕੁ ਵਧੀਆ ਹੈ। ਜਲੰਧਰ ਦੇ ਵਿੱਚ ਜਿੱਥੇ ਢਿੱਲੋਂਪਰਾਵਾਂ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਉਹਨਾਂ ਦੇ ਮਾਪਿਆਂ ਤੇ ਆਮ ਜਨਤਾ ਦੇ ਵੱਲੋਂ ਸੜਕਾਂ ਤੇ ਉਤਰ ਕੇ ਦਾਗੀ ਪੁਲਿਸ ਵਾਲੇ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ, ਉੱਥੇ ਹੁਣ ਵਕੀਲ ਵਰਿੰਦਰ ਸਿੰਘ ਸੰਧੂ ਦੇ ਹੱਕ ਵਿੱਚ ਖੜੀ ਬਾਰ ਐਸੋਸੀਏਸ਼ਨ ਇਸ ਮਾਮਲੇ ਦੀ ਸੀਬੀਆਈ ਮੰਗ ਤੇੜੀ ਹੈ। ਇੰਤਜ਼ਾਰ ਹੈ ਖਾਕੀ ਕਦੋਂ ਤੱਕ ਮੁਲਜ਼ਮ ਖਾਕੀਦਾਰਾਂ ਤੇ ਕਾਰਵਾਈ ਕਰੇਗੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬ ਹਰਿਆਣਾ, ਹਿਮਾਚਲ।